ਪਾਸਟਰ ਤੋਂ ਪਰੇਸ਼ਾਨ ਹੋ ਕੇ ਇੱਕ ਯੁਵਕ ਐਸਜੀਪੀਸੀ ਦੇ ਕੋਲ ਪਹੁੰਚਿਆ ਤੇ ਦੱਸਿਆ ਕਿ ਪਤਨੀ ਤੇ ਬੱਚੇ ਨੂੰ ਗੁੰਮਰਾਹ ਕਰਕੇ ਧਰਮ ਪਰਿਵਰਤਨ ਲਈ ਦਬਾਅ ਪਾਇਆ ਜਾ ਰਿਹਾ ਹੈ ਅੱਜ ਅਸੀਂ ਗੱਲ ਕਰਾਂਗੇ ਇਸੇ ਮੁੱਦੇ ਬਾਰੇ ਸਵਾਗਤ ਹੈ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਖਬਰਾਂ ਵਿੱਚੋਂ ਖਬਰ ਦੇ ਵਿੱਚ ਜਿਸ ਦੇ ਵਿੱਚ ਅਸੀਂ ਕਰਦੇ ਹਾਂ ਮੁੱਖ ਖਬਰਾਂ ਦੀ ਪੜਤਾਲ ਅੱਜ ਵੀ ਚਰਚਾ ਲਈ ਸਾਡੇ ਨਾਲ ਮੌਜੂਦ ਨਿਯਮਨਦੀਪ ਸਿੰਘ ਪਾਪੀ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਮੈਂ ਠੀਕ ਹਾਂ ਸਰ ਤੁਸੀਂ ਕਿਵੇਂ ਹੋ ਬਹੁਤ ਵਧੀਆ ਜਿਹਾ ਜਿਹਾ ਖਬਰਾਂ ਆ ਰਹੀਆਂ ਵਧੀਆ ਰਹਿਣਾ ਹੀ ਜਾਣਾ ਮਿਲਣਾ ਤਾਂ ਅੱਜ ਦੀ ਖਬਰਾਂ ਵਿੱਚੋਂ ਖਬਰ ਕੀ ਦੱਸ ਖਬਰਾਂ ਵਿੱਚੋਂ ਖਬਰ ਸੁਣੀ ਖਬਰ ਦੇ ਵਿੱਚ ਈਮਾਨ ਥਾ-ਥਾ ਤੇ ਹੁਣ ਖੋਲੀਆਂ ਜਾਂਦੇ ਧਰਮ ਦੀ ਇਹ ਦੁਕਾਨ ਲੋਕਾਂ ਨੂੰ ਗੁੰਮਰਾਹ ਕਰਦੇ ਲਾ ਕੇ ਝੂਠਾ ਧਿਆਨ ਲੋਕ ਗਰੀਬੀ ਚਲਦੇ ਚਲਦੇ ਨੇ ਨੁਕਸਾਨ ਸਰ ਥਾ-ਥਾ ਤੇ ਜਿਹੜੀ ਇਹ ਧਰਮ ਦੀ ਦੁਕਾਨ ਖੁੱਲ ਰਹੀ ਹੈ ਤੇ ਕਿਸੇ ਧਰਮ ਨੂੰ ਛੱਡਣ ਲਈ ਤੇ ਕਿਸੇ ਧਰਮ ਨੂੰ ਅਪਣਾਉਣ ਲਈ ਜਿਹੜਾ ਦਬਾਅ ਪਾਇਆ ਜਾ ਰਿਹਾ ਇਹ ਕਿੱਥੇ ਤੱਕ ਵਾਜੂਫ ਹੈ ਇਹ ਬਿਲਕੁਲ ਠੀਕ ਕਿਹਾ ਤੁਸੀਂ ਇਹੋ ਜੀ ਬਿਲਕੁਲ ਸਟੀਕ ਸ਼ਬਦਾਵਲੀ ਵਰਤੀ ਹੈ ਕਿ ਧਰਮ ਦੀਆਂ ਦੁਕਾਨਾਂ ਖੁੱਲੀਆਂ ਜਾ ਰਹੀਆਂ ਹਨ ਤੇ ਮੈਨੂੰ ਲੱਗਦਾ ਕਿ ਧਰਮ ਦੀਆਂ ਦੁਕਾਨਾਂ ਹੀ ਆ ਵਪਾਰ ਸ਼ੁਰੂ ਕਰਤਾ ਧਰਮ ਦਾ ਕਿ ਜੇ ਅਸੀਂ ਬੋਲੀ ਲਾਉਨੇ ਆ ਅਸੀਂ ਮਾਰਕੀਟ ਦੇ ਵਿੱਚ ਜਿਵੇਂ ਲੋਕਾਂ ਨੂੰ ਅਟਰੈਕਟ ਕੀਤਾ ਜਾਂਦਾ ਕੰਜ਼ਿਊਮਰ ਨੂੰ ਕਿ ਜੀ ਸਾਡਾ ਪ੍ਰੋਡਕਟ ਬਿਹਤਰ ਹੈ ਸਾਡਾ ਪ੍ਰੋਡਕਟ ਜਿਆਦਾ ਵਧੀਆ ਸਾਬਣ ਵੇਚਣ ਵਾਂਗੂ ਨਾ ਅਸੀਂ ਧਰਮ ਵੇਚਣ ਲੱਗ ਪਏ ਹਮ ਅਸੀਂ ਧਰਮ ਦੀਆਂ ਥਾਂ ਥਾਂ ਦੁਕਾਨਾਂ ਖੋਲ ਲੀਆਂ ਹਰ ਸ਼ਹਿਰ ਦੇ ਵਿੱਚ ਹਰ ਪਿੰਡਾਂ ਪਿੰਡੋਂ ਪਿੰਡ ਵਿੱਚ ਦੁਕਾਨਾਂ ਖੁੱਲ ਗਈਆਂ ਤੇ ਹਰ ਥਾਂ ਤੇ ਦੁਕਾਨ ਹੈਗੀ ਹੈ ਤੇ ਅਸੀਂ ਆਪਣੇ ਪ੍ਰੋਡਕਟ ਨੂੰ ਆਪਣੇ ਰੱਬ ਨੂੰ ਅਸੀਂ ਬਿਹਤਰ ਦੱਸ ਕੇ ਵੇਚਣਾ ਸ਼ੁਰੂ ਕਰਦੇ ਆ ਅਸੀਂ ਆਪਣੇ ਧਰਮ ਨੂੰ ਬਿਹਤਰ ਦੱਸ ਕੇ ਵੇਚਣ ਦੀ ਕੋਸ਼ਿਸ਼ ਕਰਦੇ ਆ ਤੇ ਇਹ ਦੁਕਾਨਾਂ ਉਹਨਾਂ ਆਗੂਆਂ ਵੱਲੋਂ ਹੀ ਸ਼ੁਰੂ ਕੀਤੀਆਂ ਗਈਆਂ ਧਰਮ ਦੇ ਜਿਹੜੇ ਆਗੂ ਕਹਾਉਂਦੇ ਆ ਸੋ ਕਾਲਡ ਆਗੂ ਆਗੂ ਕਹਿਣਾ ਠੀਕ ਨਹੀਂ ਆ ਉਹਨਾਂ ਨੂੰ ਕਿਉਂਕਿ ਉਹ ਧਾਰਮਿਕ ਲੋਕ ਹੈ ਨਹੀਂ ਉਹ ਵਪਾਰੀ ਹੈ ਤੇ ਉਹਨਾਂ ਨੇ ਜੇ ਦੁਕਾਨਾਂ ਖੋਲੀਆਂ ਉਹਨਾਂ ਨੇ ਤਾਂ ਓਬਵੀਅਸਲੀ ਹੈ ਕਿ ਜਦੋਂ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰੋਗੇ ਤਾਂ ਤੁਸੀਂ ਆ ਘਾਟੇ ਵਾਦੇ ਦਾ ਤਾਂ ਸੋਚੋਗੇ ਫਾਇਦੇ ਦੇ ਲਈ bizness ਸ਼ੁਰੂ ਕੀਤਾ ਜਾਂਦਾ ਤੇ ਉਹ ਵਪਾਰ ਹੈ ਪਿਓਰਲੀ ਵਪਾਰ ਹੈ ਜਿੱਥੋਂ ਉਹਨਾਂ ਨੂੰ ਦਿਸਦਾ ਕਿ ਇੱਥੋਂ ਹੁਣ ਪੈਸਾ ਮਿਲੂਗਾ ਉੱਥੇ ਉਹ ਕਰਦੇ ਆ ਤੇ ਕੰਜ਼ਿਊਮਰ ਨੂੰ ਜਿੱਥੋਂ ਲੱਗਦਾ ਕਿਉਂਕਿ ਕੰਜ਼ਿਊਮਰ ਦੇ ਲਈ ਵੀ ਕੰਜ਼ਿਊਮਰ ਵੀ ਉਹਨਾਂ ਕੀ ਗੁਨੇਗਾਰ ਹੈ ਇਹਦੇ ਵਿੱਚ ਉਹ ਹੈ ਇਹ ਨਹੀਂ ਹੈ ਕਿ ਉਹ ਬਹੁਤ ਹੀ ਜ਼ਿਆਦਾ ਗੁੰਮਰਾਹ ਹੋ ਗਏ ਕਿਉਂਕਿ ਉਹਨਾਂ ਨੂੰ ਵੀ ਫਾਇਦਾ ਚਾਹੀਦਾ ਉਹਨਾਂ ਨੂੰ ਚੰਗਾ ਪ੍ਰੋਡਕਟ ਚਾਹੀਦਾ ਉਹਨਾਂ ਨੂੰ ਚੰਗਾ ਰੱਬ ਚਾਹੀਦਾ ਜਿਹੜਾ ਬਹੁਤ ਚੰਗੇ ਤਰੀਕੇ ਨਾਲ ਚੱਲੇ ਉਹਨਾਂ ਕੋਲ ਜਿਹੜਾ ਉਹਨਾਂ ਦੇ ਸਾਰੇ ਕੰਮ ਕਰਵਾ ਦੇ ਤੇ ਆਸਾਨੀ ਨਾਲ ਕਰਵਾ ਦੇ ਸਸਤੇ ਕਰਵਾ ਦੇ ਹੂੰ ਤੇ ਉਹ ਰੱਬ ਉਹਨਾਂ ਨੂੰ ਚਾਹੀਦਾ ਉਹ ਉਹਨਾਂ ਕੋਲ ਹੈ ਤੇ ਉਹ ਵੇਚਦੇ ਆ ਉਹ ਖਰੀਦੇ ਆ ਬਸ ਇਨੀ ਗੱਲ ਹੈ ਹੂੰ ਤੇ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਕਨਫਿਊਜ਼ਨ ਵਾਲੀ ਗੱਲ ਨਹੀਂ ਹੈਗੀ ਧਰਮ ਕਿਤੇ ਹੋਰ ਹੈ ਇਹ ਵਪਾਰ ਹੈ ਜੀ ਸਰ ਧਰਮ ਦੇ ਵਪਾਰ ਤੋਂ ਇਲਾਵਾ ਪਖੰਡ ਦਾ ਵੀ ਕਾਫੀ ਚੱਲਣਾ ਹੈ ਅੱਜਕੱਲ ਜਿਵੇਂ ਜਿਸ ਯੁਵਕ ਨੇ ਸ਼ਿਕਾਇਤ ਦਰਜ ਕੀਤੀ ਹੈ ਉਹਨੇ ਦੱਸਿਆ ਕਿ ਜਿਹੜਾ ਪਾਕਿਸਤਾਨ ਹੈ ਉਹ ਕਿਸ ਕਿਸੇ ਚਰਚ ਦਾ ਪਾਦਰੀ ਵੀ ਨਹੀਂ ਹੈ ਬਲਕਿ ਉਹਨੇ ਆਪਣੇ ਘਰ ਦੇ ਵਿੱਚ ਹੀ ਇੱਕ ਚਰਚ ਖੋਲ੍ਹਿਆ ਹੋਇਆ ਹੈ ਤੇ ਲੋਕਾਂ ਨੂੰ ਜ਼ਬਰਨ ਮਜਬੂਰ ਕਰ ਰਿਹਾ ਆਪਣਾ ਧਰਮ ਪਰਿਵਰਤਨ ਲਈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਾਫੀ ਆਰਟਿਸਟ ਤੇ ਇਨਫਲੂਐਂਸਰਸ ਵੀ ਹੈ ਜਿਹੜੇ ਬਾਬਿਆਂ ਕੋਲ ਜਾਂਦੇ ਆ ਪਖੰਡੀ ਬਾਬਿਆਂ ਦੇ ਕੋਲ ਆਪਣੀ ਤਕਲੀਫਾਂ ਲੈ ਕੇ ਜਿਹੜਾ ਕੇਸ ਤੁਸੀਂ ਕੋਰਟ ਕੀਤਾ ਨਾ ਇਹ ਇਹ ਕੇਸ ਹੈ ਕਿ ਇੱਕ ਕਿਸੇ ਪਾਸਟਰ ਨੇ ਸੋ ਕਾਲਡ ਪਾਸਟਰ ਨੇ ਆਧਿਕਾਰ ਹੀ ਚਰਚ ਬਣਾਈ ਹੋਈ ਹੈ ਘਰ ਦੇ ਵਿੱਚ ਉਹ ਮੀਟਿੰਗਸ ਬੁਲਾਉਂਦਾ ਹੈ ਤੇ ਉਹ ਮੁੰਡੇ ਦੇ ਦੱਸਣ ਅਨੁਸਾਰ ਉਹਨਾਂ ਨੇ ਦੱਸਿਆ ਕਿ ਮੇਰੇ بیوی ਬੱਚੇ ਉੱਥੇ ਜਾਂਦੇ ਆ ਉਹ ਕੋਈ 5-10 ਲੋਕ ਆਉਂਦੇ ਆ ਉਹਨਾਂ ਕੋਲ ਤੇ ਉਹਨਾਂ ਨੂੰ ਕਨਵਿੰਸ ਕਰਦੇ ਆ ਕਿ ਤੁਸੀਂ ਧਰਮ ਪਰਿਵਰਤਨ ਕਰੋ ਤਾਂ ਤੁਹਾਡੇ ਘਰ ਦੇ ਵਿੱਚੋਂ ਕਲੇਸ਼ ਮੁੱਕ ਜਾਊਗਾ ਤੁਹਾਡਾ ਘਰ ਤਰੱਕੀ ਵੱਲ ਨੂੰ ਤੁਰ ਪਊਗਾ ਤੁਹਾਡੀਆਂ ਮੁਸੀਬਤਾਂ ਖਤਮ ਹੋ ਜਾਣਗੀਆਂ ਤੇ ਅ ਦੇਖੋ ਕੋਈ ਵੀ ਮਜਬੂਰ ਬੰਦਾ ਹੈ ਅ ਸਭ ਤੋਂ ਛੇਤੀ ਕਿਸੇ ਨੂੰ ਕਨਵਿੰਸ ਕੀਤਾ ਜਾ ਸਕਦਾ ਤਾਂ ਕਿਸੇ ਮਜਬੂਰ ਬੰਦੇ ਨੂੰ ਕੀਤਾ ਜਾ ਸਕਦਾ ਜਿਹਨੂੰ ਲੱਗਦਾ ਕਿ ਮੇਰਾ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਤੇ ਮੈਨੂੰ ਕੋਈ ਸਹਾਰਾ ਚਾਹੀਦਾ ਤੇ ਮੇਰਾ ਕੋਈ ਵੀ ਨਹੀਂ ਹੈ ਹੱਥ ਫੜਨ ਲਈ ਉਹੋ ਜਿਹੇ ਬੰਦੇ ਨੂੰ ਤੁਸੀਂ ਜਾ ਕੇ ਕਹੋਗੇ ਕਿ ਮੈਂ ਤੇਰੇ ਲਈ ਹੈਗਾ ਤੇ ਉਹਨੂੰ ਥੋੜਾ ਪਿਆਰ ਦਿਤਾਉਂਗੇ ਉਹਨੂੰ ਦੱਸੋਗੇ ਕਿ ਨਹੀਂ ਮੇਰੇ ਕੋਲ ਇੱਕ ਰੱਬ ਹੈ ਤੇ ਉਹ ਤੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦੂਗਾ ਤੇ ਉਹ ਉਹ ਬੰਦਾ ਚਾਵੇ ਨਾ ਚਾਵੇ ਉਹਨੇ ਹੱਸ ਕੇ ਜਾਣਾ ਉੱਥੇ ਉਹ ਜਾਊਗਾ ਕਿਉਂਕਿ ਉਹਨੂੰ ਉਹਨੂੰ ਕੋਈ ਨਾ ਕੋਈ ਰਾਹ ਚਾਹੀਦਾ ਹੈ ਤੇ ਉਹ ਰਾਹ ਜਿੱਥੇ ਵੀ ਦਿਸੂਗਾ ਉਹਨਾਂ ਨੇ ਜਾਣਾ ਹੈ। ਹੂੰ ਤੇ ਜਦੋਂ ਉਹ ਜਾਂਦੇ ਆ ਚਾਹੇ ਕੁਝ ਘੰਟਿਆਂ ਦੀ ਖੁਸ਼ੀ ਹੋਵੇ ਚਾਹੇ ਕੁਝ ਦਿਨਾਂ ਦੀ ਹੋਵੇ ਚਾਹੇ ਕੁਝ ਮਹੀਨਿਆਂ ਦੀ ਹੋਵੇ ਉਹ ਉਹਨਾਂ ਨੂੰ ਮਿਲਦੀ ਹੈ ਤੇ ਉਹੀ ਉਹਦੇ ਨਾਲ ਹੋਇਆ ਉਹਦੇ ਪਰਿਵਾਰ ਦੇ ਨਾਲ ਉਹਦੇ بیوی ਬੱਚੇ ਉੱਥੇ ਜਾ ਰਹੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਵੀ ਧਰਮ ਪਰिवर्तन ਕਰੋ। ਉਹਨਾਂ ਨੇ ਨਹੀਂ ਮੰਨਿਆ ਤੇ ਉਹਨਾਂ ਨੇ بیوی ਬੱਚਿਆਂ ਦੇ ਕਿਡਨੈਪ ਹੋਣ ਦੀ ਗੱਲ ਦੱਸੀ ਉਹਨਾਂ ਨੇ ਕਿ ਉਹਨਾਂ ਨੇ بیوی ਬੱਚਿਆਂ ਨੂੰ ਉੱਥੇ ਨਾਲ ਲੈ ਗਏ ਆ ਤੇ ਕਬਜ਼ਾ ਹੀ ਕਰ ਲਿਆ ਉਹਨਾਂ ਤੇ ਤੇ ਉਹਨਾਂ ਨੂੰ ਦੱਸਿਆ ਕਿ ਜੀ ਤੁਸੀਂ ਆ ਕੇ ਆਪਦੀ ਪਗ ਲਾ ਕੇ ਧਰਮ ਕਬੂਲ ਕਰੋ ਇਸਾਈ ਧਰਮ ਚ ਕਨਵਰਟ ਹੋ ਜੋ ਤੇ ਫਿਰ ਅਸੀਂ ਤੁਹਾਨੂੰ ਤੁਹਾਡੇ بیوی ਬੱਚਾ ਤੁਹਾਡੇ ਨਾਲ ਆ ਜਾਣਗੇ ਹੁਣ ਜਦੋਂ ਇਹ ਸ਼ਰਤਾਂ ਦੇ ਨਾਲ ਇਹ ਚੀਜ਼ਾਂ ਆਉਂਦੀਆਂ ਹਨ ਤੇ ਆਪਾਂ ਅਕਸਰ ਗੱਲਾਂ ਕਰਦੇ ਹੁੰਦੇ ਆ ਤੇ ਸ਼ਰਤਾਂ ਦੇ ਨਾਲ ਕੋਈ ਚੀਜ਼ਾਂ ਨਹੀਂ ਆਉਂਦੀਆਂ ਹੁੰਦੀਆਂ ਸ਼ਰਤਾਂ ਦੇ ਨਾਲ ਜਦੋਂ ਧਰਮ ਆਉਂਦਾ ਨਾ ਤਾਂ ਉਹ ਵਪਾਰ ਆਉਂਦਾ ਬਿਜ਼ਨਸ ਡੀਲ ਦੇ ਵਾਂਗੂ ਆਉਂਦਾ ਕਿ ਤੁਸੀਂ ਤੁਸੀਂ ਸਾਨੂੰ ਆਪਦਾ ਪੈਸਾ ਦਿਓ ਸ਼ਰਦਾ ਦਿਖਾਓ ਤੁਸੀਂ ਆਪ ਦਾ ਵਿਸ਼ਵਾਸ ਦਿਖਾਓ ਤੇ ਅਸੀਂ ਤੁਹਾਡੇ ਵਿਸ਼ਵਾਸ ਨੂੰ ਪੂਰਾ ਕਰਾਂਗੇ ਜਾਂ ਅਸੀਂ ਤੁਹਾਨੂੰ ਪ੍ਰੋਸਪੈਰਿਟੀ ਵੱਲ ਲੈ ਕੇ ਜਾਵਾਂਗੇ ਤੇ ਇਹ ਚੀਜ਼ਾਂ ਜਦੋਂ ਚੱਲਦੀਆਂ ਤਾਂ ਮੈਨੂੰ ਲੱਗਦਾ ਨਹੀਂ ਕਿ ਇਹ ਠੀਕ ਹੈ ਲੋਕਾਂ ਦੇ ਲਈ ਵੀ ਸੋਸਾਇਟੀ ਦੇ ਲਈ ਵੀ ਧਰਮ ਦੀ ਗੱਲ ਨਾ ਵੀ ਕਰੀਏ ਅਸੀਂ ਧਰਮ ਹਰ ਇੱਕ ਦਾ ਨਿੱਜੀ ਮਾਮਲਾ ਹੈ ਕਿਸੇ ਕਿਹੜੇ ਧਰਮ ਨੂੰ ਮੰਨਣਾ ਹੈ ਕਿਹੜੀਆਂ ਰਵਾਇਤਾਂ ਨੂੰ ਮੰਨਣਾ ਹੈ ਕਿਹਨੂੰ ਮੱਥਾ ਟੇਕਣਾ ਹੈ ਕਿਸੇ ਨੇ ਸੂਰਜ ਨੂੰ ਮੱਥਾ ਟੇਕਣਾ ਹੈ ਕਿਸੇ ਨੇ ਮਿੱਟੀ ਨੂੰ ਮੱਥਾ ਟੇਕਣਾ ਹੈ ਕਿਸੇ ਨੇ ਹਵਾ ਨੂੰ ਮੱਥਾ ਟੇਕਣਾ ਹੈ ਕਿਸੇ ਨੇ ਕਿਸੇ ਗ੍ਰੰਥ ਨੂੰ ਮੱਥਾ ਟੇਕਣਾ ਕਿਸੇ ਨੇ ਕਿਸੇ ਮੂਰਤੀ ਨੂੰ ਮੱਥਾ ਟੇਕਣਾ ਕਿਸੇ ਨੇ ਪੱਥਰ ਨੂੰ ਮੱਥਾ ਟੇਕਣਾ ਉਹ ਸਭ ਦਾ ਨਿੱਜੀ ਫੈਸਲਾ ਹੈ ਹਮ ਕੌਣ ਕਿਹਦੇ ਵਿੱਚ ਰੱਬ ਦੇਖਦਾ ਕੋਈ ਕਿਸੇ ਇਨਸਾਨ ਚ ਰੱਬ ਦੇਖ ਲੈਂਦਾ ਕੋਈ ਕਿਸੇ ਵਸਤੂ ਚ ਕਿਸੇ ਜਾਨਵਰ ਚ ਰੱਬ ਦੇਖ ਲੈਂਦਾ ਤੇ ਉਹ ਸਭ ਦਾ ਨਿੱਜੀ ਮਾਮਲਾ ਉਹਨੂੰ ਨਿੱਜੀ ਰਹਿਣ ਦਿੱਤਾ ਜਾਵੇ ਪਰ ਜਦੋਂ ਸੋਸਾਇਟੀ ਦੇ ਵਿੱਚ ਇੱਕ ਦੂਜੇ ਨੂੰ ਲੁੱਟਣ ਦੇ ਲਈ ਇਹੋ ਜਿਹੇ ਧਰਮ ਦੀ ਗੱਲ ਕਰਦੇ ਆ ਧਰਮ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਉਹ ਮੈਨੂੰ ਲੱਗਦਾ ਸੋਸਾਇਟੀ ਦੇ ਲਈ ਇੱਕ ਡਿਜ਼ਾਸਟਰ ਹੈ ਹਮ ਸੋਸਾਇਟੀ ਨੂੰ ਇਹਦੇ ਲਈ ਮੈਨੂੰ ਲੱਗਦਾ ਹੁਣ ਤਿਆਰ ਹੋਣਾ ਪਊਗਾ ਕਿਉਂਕਿ ਜਿਹੜੇ ਪਖੰਡ ਅਸੀਂ ਚਰਚ ਦੀ ਗੱਲ ਕਰਦੇ ਹਾਂ ਜੇ ਉਹ ਉਹ ਤਾਂ ਚਲੋ ਇੱਕ ਇਨਸੀਡੈਂਟ ਸਾਹਮਣੇ ਆਇਆ ਕਿ ਇੱਕ ਘਰ ਦੇ ਵਿੱਚ ਚਰਚ ਬਣਾਈ ਹੋਈ ਹੈ ਆ ਮਾਜੇ ਖੇਤਰ ਦੇ ਵਿੱਚ ਚਰਚਾਂ ਬਣੀਆਂ ਹੋਈਆਂ ਬਹੁਤ ਹਮ ਤੇ ਬਹੁਤ ਵੱਡੇ ਵੱਡੇ ਪੰਡਾਲ ਲੱਗਦੇ ਆ ਮੇਲਿਆਂ ਵਰਗੇ ਮੇਲੇ ਹੁੰਦੇ ਆ ਤੇ ਉੱਥੇ ਉਹਨਾਂ ਮੇਲਿਆਂ ਦੇ ਵਿੱਚ ਲੋਕਾਂ ਨੂੰ ਫੂਕ ਮਾਰ ਕੇ ਉਹਨਾਂ ਨੂੰ ਠੀਕ ਕਰ ਦਿੱਤਾ ਜਾਂਦਾ ਹੈ ਲੋਕ ਆਉਂਦੇ ਆ ਉੱਥੇ ਬੀਲਚੇਅਰ ਤੇ ਤੇ ਉੱਥੋਂ ਭੱਜਦੇ ਹੋਏ ਜਾਂਦੇ ਆ ਐਕਸਰਸਾਈਜ਼ ਕਰਨ ਲੱਗ ਪੈਂਦੇ ਆ ਸਟੇਜ ਤੇ ਨੱਚਣ ਲੱਗ ਪੈਂਦੇ ਆ ਉਹ ਉਹ ਜਿਹੜਾ ਪਖੰਡ ਹੈ ਜਿਹੜਾ ਆਮ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਸ਼ਰਿਆਮ ਦਿਖਦਾ ਹੈ ਕਿ ਪਖੰਡ ਹੈ ਪਰ ਜਿਹੜੇ ਲੋਕ ਦੁਖੀ ਆ ਜਿਹੜੇ ਉਸ ਵੇਲੇ ਉੱਥੇ ਉਸ ਪੰਡਾਲ ਦੇ ਵਿੱਚ ਗਏ ਹੋਏ ਆ ਉਹਨਾਂ ਨੂੰ ਉਹ ਪਖੰਡ ਨਹੀਂ ਲੱਗਦਾ ਜਦੋਂ ਕੋਈ ਵੀ ਬਾਬੇ ਆ ਡੇਰਿਆਂ ਵਾਲੇ ਬਾਬੇ ਵੀ ਆ ਇੱਕ ਸਾਧ ਜਿਹੜਾ ਹੁਣ ਜੇਲ੍ਹ ਦੇ ਵਿੱਚ ਹੈ ਉਹ ਜਦੋਂ ਆਪਦੇ ਸਤਸੰਗ ਦੇ ਵਿੱਚ ਉੱਡ ਕੇ ਆਉਂਦਾ ਸੀਗਾ ਤਾਰਾਂ ਦੇ ਰਾਹੀਂ ਤਾਂ ਉਹ ਲੋਕਾਂ ਨੂੰ ਐ ਲੱਗਦਾ ਸੀਗਾ ਕਿ ਬਾਬਾ ਜੀ ਉੱਡ ਕੇ ਆ ਰਹੇ ਆ ਉਹਨਾਂ ਨੂੰ ਉਹ ਬਿਲਕੁਲ ਪਲਾਂਟਡ ਨਹੀਂ ਲੱਗਦਾ ਸੀਗਾ ਉਹਨਾਂ ਨੂੰ ਬਿਲਕੁਲ ਨਕਲੀ ਨਹੀਂ ਲੱਗਦਾ ਸੀਗਾ ਉਹਨਾਂ ਨੂੰ ਲੱਗਦਾ ਸੀਗਾ ਕਿ ਬਾਬਾ ਜੀ ਦੀ ਐਂਟਰੀ ਇਸ ਤਰ੍ਹਾਂ ਦੀ ਹੈ ਉਹ ਕਰਾਮਾਤ ਲੱਗਦੀ ਸੀ ਉਹਨਾਂ ਨੂੰ ਕਿਉਂਕਿ ਉਹ ਮਜਬੂਰ ਲੋਕ ਹਨ ਉਹ ਪਾਰਸ਼ਲੀ ਉਹ ਅੰਨੇ ਹੋ ਚੁੱਕੇ ਹਨ ਉਹ ਜਿਹੜੇ ਲੋਕ ਦੇਖ ਨਹੀਂ ਸਕਦੇ ਨਾ ਦੇਖ ਨਹੀਂ ਪਾ ਰਹੇ ਕਿ ਸਾਡੇ ਨਾਲ ਹੋ ਕੀ ਰਿਹਾ ਕਲੀਅਰਲੀ ਹੋ ਕੀ ਰਿਹਾ ਉਹ ਲੋਕ ਹੈ ਕਿਉਂਕਿ ਉਹਨਾਂ ਦਾ ਉਹਨਾਂ ਦੀ ਇੱਕ ਅੱਖ ਹੈ ਜਿਹੜੀ ਉਹਨਾਂ ਦੀ ਗਰੀਬੀ ਨੇ ਉਹਨਾਂ ਦੀਆਂ ਮਜਬੂਰੀਆਂ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਨੇ ਉਹ ਇੱਕ ਟਕਤੀ ਹੈ ਉਹਨਾਂ ਨੂੰ ਪਖੰਡ ਨਹੀਂ ਦਿਖਦਾ ਉਹਨਾਂ ਨੂੰ ਸਿਰਫ ਸ਼ਰਦਾ ਦਿਖਦੀ ਹੈ ਹਮ ਤੇ ਉਹ ਚੀਜ਼ਾਂ ਹੋ ਰਹੀਆਂ ਪੰਜਾਬ ਦੇ ਵਿੱਚ ਕਿੰਨੀਆਂ ਹੀ ਦੇਖੋ ਜੇ ਹੀ ਅਸੀਂ ਗੱਲ ਕਰੀਏ 크ਿਸਚੀਅਨਿਟੀ ਦੀ 크ਿਸਚੀਅਨਿਟੀ ਹੋਰ ਦੇਸ਼ਾਂ 'ਚ ਵੀ ਹੈ ਜੀ ਅ ਅਮਰੀਕਾ ਯੂ ਐਸ ਏ ਦੇ ਵਿੱਚ ਵੀ ਹੈ ਅ ਆਸਟ੍ਰੇਲੀਆ ਦੇ ਵਿੱਚ ਵੀ ਹੈ ਹੋਰ ਕਈ ਮੁਲਕਾਂ ਦੇ ਵਿੱਚ ਹੈ ਕੀ ਉੱਥੇ ਇੰਨਾ ਪਖੰਡ ਅਸੀਂ ਦੇਖਿਆ ਹੂੰ ਉਥੋਂ ਦੀਆਂ ਚਰਚ ਚਰਚ ਜਿੰਨੀਆਂ ਵੀ ਹੈਗੀਆਂ ਉਥੋਂ ਦੇ ਕਈ ਵੀਡੀਓਜ਼ ਆਉਂਦੇ ਆ ਕਿਉਂਕਿ ਦੁਨੀਆ ਭਰ ਦੇ ਵੀਡੀਓਜ਼ ਹੁਣ ਤਾਂ ਆਉਂਦੇ ਆ ਸਾਡੇ ਕੋਲ ਉਥੋਂ ਦੇ ਉਹਨਾਂ ਦੀ ਇਨੋਵੇਸ਼ਨ ਦੇ ਵੀਡੀਓਜ਼ ਆਉਂਦੇ ਆ ਉਹਨਾਂ ਦੀ ਅੱਗੇ ਵਧਣ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਵੀਡੀਓਜ਼ ਆਉਂਦੇ ਆ ਉਹਨਾਂ ਦੀ ਪ੍ਰੋਗਰੈਸ ਦੇ ਵੀਡੀਓਜ਼ ਆਉਂਦੇ ਆ ਅਸੀਂ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਆ ਕਿ ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਆ ਕਿ ਉਹਨਾਂ ਦੇ ਛੋਟੇ-ਛੋਟੇ ਉਹਨਾਂ ਦੇ 6 ਮਹੀਨਿਆਂ ਦਾ ਬੇਬੀ ਜਦੋਂ ਸਵਿਮਿੰਗ ਕਰ ਰਿਹਾ ਹੁੰਦਾ ਤੇ ਸਾਡੇ ਲੋਕ ਦੇਖ ਕੇ ਖੁਸ਼ ਹੁੰਦੇ ਆ ਕਿ ਹਾਂ ਸਾਡਾ ਬੱਚਾ ਵੀ ਇਹ ਕਰ ਸਕਦਾ ਤੇ ਉਹ ਚੀਜ਼ਾਂ ਵੱਲ ਅਸੀਂ ਧ ਔਰ ਇੱਥੇ ਕ੍ਰਿਸਚੀਅਨਿਟੀ ਜਦੋਂ ਪੰਜਾਬ ਦੇ ਵਿੱਚ ਆਉਂਦੀ ਆ ਤੇ ਇੱਥੇ ਉਹ ਫਿਰ ਬਾਬਿਆਂ ਵਾਂਗੂ ਪਖੰਡ ਚ ਬਦਲ ਜਾਂਦੀ ਆ ਉੱਥੇ ਉਹਨਾਂ ਦੇ ਕ੍ਰਿਸਚੀਅਨਿਟੀ ਦਾ ਪ੍ਰarup ਹੀ ਬਦਲ ਜਾਂਦਾ ਇੱਥੇ ਕੋਈ ਵੀ ਚੀਜ਼ ਆਉਂਦੀ ਆ ਜਦੋਂ ਇਸਲਾਮ ਇੱਥੇ ਆਉਂਦਾ ਇਸਲਾਮ ਦੇ ਵਿੱਚ ਜਦੋਂ ਅ ਕਈ ਦਰਗਾਹਾਂ ਬਣਾਈਆਂ ਜਾਂਦੀਆਂ ਇੱਥੇ ਤੇ ਦਰਗਾਹ ਮੰਨਣੀ ਕਿਸੇ ਪੀਰ ਫਕੀਰ ਨੂੰ ਪੂਜਣਾ ਉਹ ਅਲੱਗ ਗੱਲ ਹੁੰਦੀ ਆ ਪਰ ਜਦੋਂ ਉਹਨਾਂ ਦੇ ਨਾਮ ਤੇ ਪਖੰਡ ਸ਼ੁਰੂ ਹੋ ਜਾਂਦੇ ਆ ਉੱਥੇ ਹੀ ਸਰਕਮਾਉਣੇ ਸ਼ੁਰੂ ਕਰ ਦਿੰਦੇ ਆ ਲੋਕ ਤਰੀਕਾ ਇੱਕ ਹੀ ਆ ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਹੋਣ ਕਈ ਗੁਰਦੁਆਰਿਆਂ ਦੇ ਕਈ ਕਈ ਲੋਕਾਂ ਨੇ ਆਪਦੇ ਘਰਾਂ ਦੇ ਵਿੱਚ ਛੋਟੇ-ਛੋਟੇ ਗੁਰਦੁਆਰੇ ਸਥਾਪਿਤ ਕੀਤੇ ਹੋਏ ਆ ਪਿੰਡਾਂ ਦੇ ਵਿੱਚ ਜਿਹੜੇ ਰਡਾਰ ਦੇ ਵਿੱਚ ਨਹੀਂ ਵੀ ਆ ਰਹੇ ਉਹ ਵੀ ਇਹੋ ਜਿਹੇ ਪਖੰਡ ਕਰ ਰਹੇ ਆ ਜੀ ਗਾਤਰੇ ਪਾ ਕੇ ਉਤੋਂ ਦੀ ਕੁੜਤੀਆਂ ਦੇ ਉਹ ਲੋਕ ਵੀ ਪੁੱਛਾਂ ਦੇ ਰਹੇ ਆ ਹੂੰ ਉਹ ਵੀ ਲੋਕਾਂ ਨੂੰ ਕਹਿੰਦੇ ਆ ਕਿ ਅਸੀਂ ਰੱਬ ਨਾਲ ਤੁਹਾਡੀ ਸਿੱਧੀ ਗੱਲ ਕਰਵਾਉਨੇ ਆ ਜੀ ਤੇ ਇਹੋ ਜਿਹੇ ਲੋਕ ਵੀ ਹੈਗੇ ਆ ਪੰਜਾਬ ਦੇ ਵਿੱਚ ਮਤਲਬ ਇਹ ਪਖੰਡ ਆ ਨਾ ਜਿਹੜਾ ਇਹ ਪਖੰਡ ਕਿਸੇ ਇੱਕ ਰਿਲੀਜਨ ਦਾ ਨਹੀਂ ਹੈ ਕਿਸੇ ਇੱਕ ਧਰਮ ਦਾ ਨਹੀਂ ਇਹ ਸਾਰਿਆਂ ਦਾ ਸਾਂਝਾ ਹੈ ਜੀ ਤੇ ਇਹ ਮੈਨੂੰ ਲੱਗਦਾ ਕਿ ਪਖੰਡ ਤਾਂ ਪਖੰਡ ਹੀ ਹੁੰਦਾ ਖਰਾਬ ਕਰਦਾ ਹੀ ਆ ਸਭ ਨੂੰ ਜਿਵੇਂ ਇੰਦਰਜੀਤ ਨਿੱਕੂ ਵਾਲੀ ਤੁਸੀਂ ਐਗਜ਼ਾਮਪਲ ਦਿੱਤੀ ਸੀ ਕਿ ਉਹ ਜਦੋਂ ਗਏ ਆ ਕਿਸੇ ਬਾਬੇ ਕੋਲ ਤੇ ਪੂਰੇ ਪੰਜਾਬ ਨੇ ਵਿਰੋਧ ਕੀਤਾ ਹਮ ਪੰਜਾਬ ਦੇ ਕਈ ਲੋਕਾਂ ਨੇ ਚਲੋ ਉਹਨੂੰ ਇਹ ਕਿਹਾ ਕਿ ਨਹੀਂ ਉਹ ਮਜਬੂਰ ਸੀ ਤੇ ਉਹਨਾਂ ਨੇ ਉਹਨਾਂ ਨੂੰ ਜਾਣਾ ਪਿਆ ਉੱਥੇ ਤੇ ਉਹਨਾਂ ਦਾ ਸਾਥ ਦਿੱਤਾ ਪਰ ਉਹਨਾਂ ਦੇ ਵੀ ਦਿਮਾਗ 'ਚ ਕਈਆਂ ਦੇ ਆਇਆ ਕਿ ਨਹੀਂ ਇਹ ਕਈ ਲੋਕਾਂ ਨੇ ਐਵੇਂ ਦਾਵਾ ਕੀਤਾ ਕਿ ਜੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਛੱਡ ਕੇ ਤੁਸੀਂ ਬਾਬਿਆਂ ਕੋਲ ਪਖੰਡੀਆਂ ਕੋਲ ਫਿਰਦੇ ਹੋ ਨਾ ਉਹ ਸਾਰੇ ਲੋਕ ਕਹਿੰਦੇ ਆ ਪਰ ਜਦੋਂ ਉਹਨਾਂ ਦੀ ਆਪਦੀ ਵਾਰੀ ਆਉਂਦੀ ਹੈ ਤਾਂ ਉਹ ਕਿਤੇ ਨਾ ਕਿਤੇ ਉਹ ਪਿੱਛੇ ਹਟ ਕੇ ਤੇ ਉਹਨਾਂ ਹੀ ਡਰਾਹਾਂ ਤੇ ਤੁਰ ਪੈਂਦੇ ਆ ਜਦੋਂ ਆਪਦੀ ਵਾਰੀ ਆਉਂਦੀ ਹੈ ਤਾਂ ਉਹ ਵੀ ਕੋਈ ਵੀ ਦੁੱਖ ਤਕਲੀਫ ਹੋਵੇ ਕੋਈ ਮਜਬੂਰੀ ਹੋਵੇ ਉਸੇ ਟਾਈਮ ਤੇ ਲੋਕੀ ਪੱਲਾ ਝਾੜ ਕੇ ਕਿਸੇ ਵੀ ਬਾਬੇ ਦੇ ਪਿੱਛੇ ਲੱਗ ਜਾਂਦੇ ਆ ਹੂੰ ਚਾਹੇ ਕੋਈ ਵੀ ਹੋਵੇ ਤੇ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਮੈਂਟਲੀ ਸਟਰੋਂਗ ਹੋਣਾ ਪਊਗਾ ਔਰ ਪੰਜਾਬ ਹੀ ਨਹੀਂ ਬਾਕੀ ਸਾਰੇ ਵੀ ਹਰਿਆਣਾ ਰਾਜਸਥਾਨ ਹਿਮਾਚਲ ਜਿਹੜੀ ਇਹ ਜਿਹੜਾ ਸਾਡਾ ਇਲਾਕਾ ਜਿੱਥੇ ਪਖੰਡ ਵੱਧ ਰਿਹਾ ਉਹ ਹਰ ਜਗ੍ਹਾ ਦੁਨੀਆਂ ਦਾ ਹਰ ਉਹ ਕੋਨਾ ਜਿੱਥੇ ਪਖੰਡ ਵੱਧ ਹੈ ਉੱਥੋਂ ਦੇ ਲੋਕਾਂ ਨੂੰ ਮੈਂਟਲੀ ਥੋੜਾ ਸਟਰੋਂਗ ਹੋਣ ਦੀ ਜ਼ਰੂਰਤ ਹੈ ਤੇ ਉਹਨਾਂ ਨੂੰ ਸਿੱਖਣ ਦੀ ਜ਼ਰੂਰਤ ਹੈ ਕਿ ਜ਼ਿੰਦਗੀ ਇਹੀ ਹੁੰਦੀ ਹੈ ਜ਼ਿੰਦਗੀ ਦੇ ਉਤਾਰ ਚੜਾ ਚੱਲਦੇ ਰਹਿੰਦੇ ਆ ਪਰ ਉਤਾਰ ਚੜਾ ਦੇ ਵਿੱਚ ਅਸੀਂ ਆਪ ਦਾ ਨੁਕਸਾਨ ਨਾ ਕਰਾ ਬੈਠੀਏ ਤੇ ਕਿਸੇ ਹੋਰ ਨੂੰ ਲਾਭ ਨਾ ਮਿਲੇ ਉਹਦਾ ਜਿਵੇਂ ਬਾਬੇ ਚੱਕਦੇ ਲਾਭ ਹੂੰ ਸਰ ਤਰੰ ਪਰਿਵਰਤਨ ਜਾਂ ਪਖੰਡ ਦੀ ਵਜ੍ਹਾ ਐਸਜੀਪੀਸੀ ਦੇ ਪ੍ਰਚਾਰ ਦੀ ਕਮੀ ਹੋ ਸਕਦੀ ਹੈ ਜਿਵੇਂ ਕੁਝ ਲੀਡਰਸ ਨੇ ਕੋਟ ਕੀਤਾ ਦੇਖੋ ਇਹ ਚੀਜ਼ ਨੂੰ ਮੈਂ ਅਗਰੇ ਨਹੀਂ ਕਰਦਾ ਕਿਉਂਕਿ ਇੱਕ ਹਿੱਸੇ ਤੱਕ ਅਸੀਂ ਕਹਿੰਦੇ ਆ ਕਿ ਜੀ ਪ੍ਰਚਾਰ ਪ੍ਰਸਾਰ ਦੀ ਜ਼ਰੂਰਤ ਹੁੰਦੀ ਹੈ ਤੇ ਪ੍ਰਚਾਰ ਪ੍ਰਸਾਰ ਦੀ ਜ਼ਰੂਰਤ ਸਿਰਫ ਐਸਜੀਪੀਸੀ ਤੋਂ ਇਲਾਵਾ ਵੀ ਜੇ ਸਿੱਖੀ ਦੇ ਪ੍ਰਚਾਰ ਦੀ ਗੱਲ ਕਰਦੇ ਆ ਤਾਂ ਸਿੱਖੀ ਦੇ ਪ੍ਰਚਾਰ ਲਈ ਐਸਜੀਪੀਸੀ ਤੋਂ ਇਲਾਵਾ ਵੀ ਬਹੁਤ ਲੋਕ ਐਕਟਿਵ ਹੈਗੇ ਆ ਬਹੁਤ ਲੋਕ ਟਾਡੀ ਜੱਥੇ ਆ ਕਈ ਕਈ ਪ੍ਰਚਾਰਕ ਆ ਜਿਹੜੇ ਥਾਂ ਥਾਂ ਜਾ ਕੇ ਲੋਕਾਂ ਨੂੰ ਦੱਸਦੇ ਆ ਕਿ ਜੀ ਇਹ ਪਖੰਡ ਹੈ ਪਖੰਡਵਾਦ ਤੋਂ ਦੂਰ ਰਹਿਣਾ ਹੂੰ ਦੱਸਿਆ ਜਾਂਦਾ ਪਰ ਗੱਲ ਉਥੇ ਮੈਂਟੈਲਿਟੀ ਦੀ ਵੀ ਆ ਸੋਸਾਇਟੀ ਦੀ ਵੀ ਇੱਕ ਜ਼ਿੰਮੇਵਾਰੀ ਹੁੰਦੀ ਆ ਸਿਰਫ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਹੁਣ ਜਦੋਂ ਐਸਜੀਪੀਸੀ ਜਦੋਂ ਕੋਈ ਇਹੋ ਜਿਹੀਆਂ ਪਾਬੰਦੀਆਂ ਲਗਾਉਂਦਾ ਹੈ ਹਨਾ ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਜੀ ਇਹ ਬਹੁਤ ਜ਼ਿਆਦਾ ਕੱਟੜ ਹੋ ਰਹੇ ਆ ਹੂੰ ਫਿਰ ਉਹ ਕਟੜਵਾਦਾ ਰੂਪ ਲਗਾਇਆ ਜਾਂਦਾ ਹੈ ਉਹ ਤਾਂ ਇੱਕ ਐਂਟੀਟੀ ਹੈ ਨਾ ਉਹ ਉਹ ਇੱਕ ਸੰਸਥਾ ਬਣੀ ਹੋਈ ਹੈ ਤੇ ਉਹ ਸੰਸਥਾ ਨੂੰ ਅਸੀਂ ਜ਼ਿੰਮੇਵਾਰੀ ਤਾਂ ਦਿੰਨੇ ਹੀ ਆ ਜ਼ਿੰਮੇਵਾਰ ਉਹ ਵੀ ਹੈਗੇ ਆ ਪਰ ਕਿਸੇ ਹੱਦ ਤੱਕ ਐਸਜੀਪੀਸੀ ਜ਼ਿੰਮੇਵਾਰ ਹੈ ਉਹ ਤੋਂ ਵੱਧ ਜ਼ਿੰਮੇਵਾਰ ਸਾਡੀ ਸੁਸਾਇਟੀ ਦੀ ਹੈ ਜ਼ਦੋਂ ਅਸੀਂ ਇੱਕ ਦੂਜੇ ਦੇ ਸਾਥ ਹੀ ਨਹੀਂ ਦਿੰਦੇ ਜਦੋਂ ਸਾਨੂੰ ਪਤਾ ਕਿ ਸਾਡਾ ਗਵਾਂਢੀ ਗਰੀਬ ਹੈ ਕਿਸੇ ਮੁਸੀਬਤ ਦੇ ਵਿੱਚ ਆ ਕਿਸੇ ਦੀ ਧੀ ਵਿਆਹਣੀ ਆ ਕਿਸੇ ਦਾ ਪੁੱਤ ਬਿਮਾਰ ਆ ਕਿਸੇ ਦਾ ਪਿਓ ਬਿਮਾਰ ਆ ਕਿਸੇ ਨੂੰ ਦਵਾਈ ਦਵਾਈ ਖਾਣੋਂ ਮਰ ਰਿਹਾ ਕੋਈ ਕਿਸੇ ਨੂੰ ਐਜੂਕੇਸ਼ਨ ਨਹੀਂ ਚੰਗੀ ਮਿਲਦੀ ਤਾਂ ਅਸੀਂ ਉਸ ਵੇਲੇ ਉਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ ਅਸੀਂ ਉਸ ਵੇਲੇ ਇਹ ਹੀ ਕਿਉਂ ਦੇਖਦੇ ਆ ਕਿ ਜੀ ਸਾਡੇ ਵੀ ਕੋਈ ਹੋਰ ਆਊਗਾ ਹੈਨਾ ਤੇ ਉਹ ਉਹਨਾਂ ਲਈ ਕਰੂਗਾ ਕੁਝ ਜੀ ਅਸੀਂ ਬੈਠੇ ਕਹਿੰਨੇ ਆ ਕਿ ਹਾਂ ਵਿਚਾਰਾ ਹੈ ਤਾਂ ਗਰੀਬ ਪਰ ਪਤਾ ਨਹੀਂ ਟਾਈਮ ਪਾਸ ਹੋਈ ਜਾਂਦਾ ਇਹਨਾਂ ਦਾ ਜੇ ਇਹ ਗੱਲਾਂ ਕਰਨ ਦੀ ਥਾਂ ਤੇ ਅਸੀਂ ਪਿੰਡੋਂ ਪਿੰਡ ਸਾਡੇ ਗੁਰਦੁਆਰੇ ਬਣੇ ਹੋਏ ਆ ਸਾਡੇ ਗੁਰਦੁਆਰਿਆਂ ਦੀ ਗੱਲ ਵੀ ਛੱਡੀਏ ਅਸੀਂ ਅਸੀਂ ਗੱਲ ਇਹ ਕਰੀਏ ਕਿ ਜੇ ਪੰਜਾਬ ਦੇ ਲੋਕਾਂ ਨੂੰ ਪਖੰਡਾ ਤੋਂ ਦੂਰ ਕਰਨਾ ਹੈ ਦੂਰ ਰੱਖਣਾ ਹੈ ਤਾਂ ਅਸੀਂ ਯੂਨਾਈਟ ਹੋ ਕੇ ਇੱਕ ਦੂਜੇ ਦਾ ਸਾਥ ਦੇਈਏ ਅਸੀਂ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਪਿੰਡਾਂ ਦੀਆਂ ਪੱਤੀਆਂ ਦੇ ਵਿੱਚ ਅਸੀਂ ਆਪਦੇ ਆਸ-ਪਾਸ ਦੇ ਲੋਕਾਂ ਦਾ ਤਾਂ ਖਿਆਲ ਰੱਖੀ ਸਕਦੇ ਆ ਅਸੀਂ ਡੋਨੇਸ਼ਨਸ ਦਿੰਨੇ ਆ ਪੰਜਾਬ ਦੇ ਲੋਕ ਪੂਰੀ ਦੁਨੀਆ ਦੇ ਵਿੱਚ ਮੰਨੇ ਜਾਂਦੇ ਆ ਕਿ ਡੋਨੇਸ਼ਨਸ ਦੇ ਲਈ ਕਿਤੇ ਮਦਦ ਦੀ ਲੋੜ ਹੋਵੇ ਹੁਣ ਪਾਕਿਸਤਾਨ ਦੇ ਵਿੱਚ ਹੜ੍ਹ ਆਏ ਆ ਖਾਲਸਾ ਜਣ ਉੱਥੇ ਪਹੁੰਚਿਆ ਹੋਇਆ ਪੰਜਾਬ ਦੇ ਲੋਕ ਜਿਹੜੇ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਆ ਸਿੱਖੀਜ਼ਮ ਦੇ ਪ੍ਰਚਾਰ ਦੇ ਲਈ ਸਿੱਖੀ ਦੇ ਜਿਹੜਾ ਸਿਧਾਂਤ ਹੈਗੇ ਆ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਹੈ ਉਹਨਾਂ ਨੂੰ ਪਹੁੰਚਾਉਣ ਦੇ ਲਈ ਅਸੀਂ ਪੂਰੀ ਦੁਨੀਆ 'ਚ ਜਾ ਸਕਦੇ ਆ ਪਰ ਅਸੀਂ ਆਪਦੇ ਗਵਾਂਢੀਆਂ ਦੀ ਮਦਦ ਨਹੀਂ ਕਰ ਰਹੇ ਕਿਉਂਕਿ ਸਾਡੇ ਦਿਮਾਗ 'ਚੋਂ ਹਜੇ ਉਹ ਚੀਜ਼ਾਂ ਨਹੀਂ ਨਿਕਲੀਆਂ ਜਦੋਂ ਇਹ ਚੀਜ਼ਾਂ ਕੱਢ ਕੇ ਅਸੀਂ ਆਪਦੇ ਲੋਕਾਂ ਦੀ ਆਪਦੀ ਫੈਮਿਲੀ ਆਪਦੀ ਸੁਸਾਇਟੀ ਦੇ ਲਈ ਕੰਮ ਕਰਨਾ ਸ਼ੁਰੂ ਕਰਾਂਗੇ ਤੇ ਉਦੋਂ ਹੀ ਮੈਨੂੰ ਲੱਗਦਾ ਕਿ ਇਹ ਪਖੰਡਾ ਤੋਂ ਵੀ ਦੂਰ ਹੋ ਜਾਾਂਗੇ ਕਿਸੇ ਨੂੰ ਪਖੰਡਾ ਦੀ ਲੋੜ ਵੀ ਨਹੀਂ ਪੈਣੀ ਨਾ ਇਹੋ ਜਿਹੇ ਬਾਬੇ ਉੱਭਰਣਗੇ ਠੀਕ ਹੈ ਨਾ ਇਹੋ ਜਿਹੇ ਪਖੰਡਵਾਦ ਦੀ ਉੱਭਰਣਗੇ ਤੇ ਨਾ ਹੀ ਲੋਕ ਇਹਨਾਂ ਕੋਲ ਜਾਣਗੇ ਜੀ ਸਰ ਇਹ ਧਰਮ ਦੀਆਂ ਦੁਕਾਨਾਂ ਇਹੋ ਜਿਹੇ ਪਖੰਡ ਤੇ ਇਹੋ ਜਿਹੇ ਬਾਬੇ ਇਹ ਪੰਜਾਬ ਦੀ ਭਾਈਚਾਰਕ ਸਾਂਝ ਲਈ ਕਿੰਨਾ ਵੱਡਾ ਖਤਰਾ ਬਹੁਤ ਵੱਡਾ ਖਤਰਾ ਕਿਉਂਕਿ ਪੰਜਾਬ ਦੀ ਭਾਈਚਾਰਕ ਸਾਂਝ ਹੈ ਜਿਹੜੀ ਉਹ ਬਹੁਤ ਸਦੀਆਂ ਦੀ ਬਣੀ ਹੋਈ ਹੈ ਇਹ ਪੰਜਾਬ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਉਹ ਹੋ ਜਾਈ ਪੰਜਾਬ ਸੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਇਸ ਪੰਜਾਬ ਦੀ ਧਰਤੀ ਤੇ ਲੋਕ ਭਾਈਚਾਰੇ ਦੇ ਨਾਲ ਰਹਿੰਦੇ ਸੀ ਉਸ ਤੋਂ ਪਹਿਲਾਂ ਵੀ ਕਈ ਸਦੀਆਂ ਪਹਿਲਾਂ ਦੀ ਵੀ ਗੱਲ ਕਰੀਏ ਤਾਂ ਜਦੋਂ ਅਸੀਂ ਜੰਗਲਾਂ ਦੇ ਵਿੱਚ ਵੀ ਰਹਿੰਦੇ ਸੀ ਤਾਂ ਵੀ ਸਾਡੀ ਅਕਸੈਪਟੈਂਸ ਸੀ ਅਸੀਂ ਲੋਕ ਇੱਕ ਦੂਜੇ ਨੂੰ ਅਕਸੈਪਟ ਕਰਦੇ ਸੀ ਤੇ ਜਦੋਂ ਇੰਨੇ ਹਜ਼ਾਰਾਂ ਸਾਲਾਂ ਦਾ ਸਾਡਾ ਇਤਿਹਾਸ ਹੈ ਤਾ ਉਸ ਵੇਲੇ ਅਸੀਂ ਕਿਸੇ ਪਖੰਡੀਆਂ ਨੂੰ ਆ ਕੇ ਤੇ ਸਾਡੇ ਭਾਈ ਚਾਰਕ ਸਾਂਝ ਕਿਉਂਕਿ ਸਭ ਤੋਂ ਵੱਡਾ ਧਰਮ ਤਾਂ ਇਨਸਾਨੀਅਤ ਹੀ ਹੈ ਨਾ ਗੁਰੂ ਨਾਨਕ ਦੇਵ ਜੀ ਨੇ ਵੀ ਇਹੀ ਦੱਸਿਆ ਕਿ ਜੀ ਸਾਡਾ ਸਭ ਤੋਂ ਵੱਡਾ ਧਰਮ ਹੀ ਇਨਸਾਨੀਅਤ ਹੈ ਜਦੋਂ ਪਖੰਡਾਂ ਦਾ ਵਿਰੋਧ ਕਰਦੇ ਸੀਗੇ ਜਦੋਂ ਦੱਸਦੇ ਸੀਗੇ ਕਿ ਜੀ ਤੁਸੀਂ ਲੋਕਾਂ ਤੇ ਪੂਜਾ ਪਾਠ ਤੇ ਜਾਂ ਇਹੋ ਜੀਆਂ ਚੀਜ਼ਾਂ ਤੇ ਜਿਹੜੀਆਂ ਕਿਸੇ ਦੇ ਕੰਮ ਨਹੀਂ ਆ ਰਹੀਆਂ ਡਾਇਰੈਕਟਲੀ ਉੱਥੇ ਤੁਸੀਂ ਜਦੋਂ ਆਪ ਦਾ ਪੈਸਾ ਇਨਵੈਸਟ ਕਰਦੇ ਹੋ ਆਪ ਦਾ ਟਾਈਮ ਇਨਵੈਸਟ ਕਰਦੇ ਹੋ ਉਹਦੀ ਜਗ੍ਹਾ ਤੁਸੀਂ ਭੁੱਖੇ ਲੋਕਾਂ ਨੂੰ ਰੋਟੀ ਖਵਾ ਦਿਓ ਹੂੰ ਉਹ ਜ਼ਿਆਦਾ ਵਧੀਆ ਹੈ ਜੀ ਜਦੋਂ ਉਹਨਾਂ ਨੇ ਇਹ ਮੈਸੇਜ ਦਿੱਤਾ ਕਿ ਇਨਸਾਨੀਅਤ ਨੂੰ ਤੁਸੀਂ ਮੁੱਖ ਰੱਖੋ ਹੈਨਾ ਤਾਂ ਉਸ ਉਸ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਆ ਉਸ ਇਨਸਾਨੀਅਤ ਨੂੰ ਜ਼ਿੰਦਾ ਰੱਖਣ ਦੇ ਲਈ ਸਾਨੂੰ ਇਹਨਾਂ ਪਖੰਡਾਂ ਤੋਂ ਦੂਰ ਹੋਣਾ ਹੀ ਪੈਣਾ ਤੇ ਇਹ ਪਖੰਡੀ ਲੋਕ ਹੈ ਇਹ ਸਾਡੇ ਵਿੱਚ ਡਿਫਰੈਂਸ ਕ੍ਰੀਏਟ ਕਰਦੇ ਆ ਹੂੰ ਗੁਰੂ ਨਾਨਕ ਦੇਵ ਜੀ ਨੇ ਜਦੋਂ ਕਿਹਾ ਕਿ ਅਵਲ ਲੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਔਰ ਜਦੋਂ ਉਹਨਾਂ ਨੇ ਸਾਰਿਆਂ ਨੂੰ ਇੱਕ ਕਰਤਾ ਇਹ ਫਿਰ ਪਖੰਡੀ ਆ ਕੇ ਫਿਰ ਸਾਰਿਆਂ ਨੂੰ ਅਲੱਗ-ਅਲੱਗ ਆਇਡੈਂਟਿਟੀਜ਼ ਦੇਣ ਲੱਗ ਪੈਂਦੇ ਆ ਇਹ ਕਹਿੰਦੇ ਕਿ ਨਹੀਂ ਤੂੰ ਸਿੱਖ ਹੈ ਤੂੰ ਪੱਗ ਬੰਨੀ ਹੈ ਤੂੰ ਤੂੰ ਅੰਮ੍ਰਿਤਧਾਰੀ ਸਿੱਖ ਹੈ ਤੂੰ ਸਹਿਜਧਾਰੀ ਸਿੱਖ ਹੈ ਹੂੰ ਤੇ ਫਿਰ ਕਹਿੰਦੇ ਜੀ ਤੂੰ ਜੱਟ ਸਿੱਖ ਹੈ ਤੂੰ ਮੱਝਵੀ ਸਿੱਖ ਹੈ ਫਿਰ ਕਹਿੰਦੇ ਜੀ ਅ ਤੂੰ ਹਿੰਦੂ ਹੈ ਤੇਰੀ ਖੱਤਰੀ ਕਾਸਟ ਹੈ ਤੇਰੀ ਕਾਸਟ ਉਹ ਹੈ ਤੇ ਤੂੰ ਮੁਸਲਮਾਨ ਹੈ ਤੇਰੇ ਤੇਰਾ ਬਲੀਵ ਇਹ ਹੈ ਤੇਰਾ ਬਲੀਵ ਉਹ ਹੈ ਇਹ ਜਦੋਂ ਗੱਲਾਂ ਦਸ-ਦਸ ਕੇ ਲੋਕਾਂ ਦੇ ਦਿਮਾਗ ਚ ਪਾਈਆਂ ਜਾਂਦੀਆਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਸੀਂ ਇਹਨਾਂ ਤੋਂ ਅਲੱਗ ਹੋ ਤੁਸੀਂ ਉਹਨਾਂ ਤੋਂ ਅਲੱਗ ਹੋ ਤੇ ਹਰੇਕ ਹਰ ਜਾਤ ਦੇ ਵਿੱਚ ਹਰ ਨਸਲ ਦੇ ਵਿੱਚ ਹਰ ਧਰਮ ਦੇ ਵਿੱਚ ਉਹਨਾਂ ਨੂੰ ਇਹੀ ਦੱਸਿਆ ਜਾਂਦਾ ਕਿ ਤੁਸੀਂ ਸਭ ਤੋਂ ਸੁਪੀਰੀਅਰ ਹੋ ਜੀ ਕਿ ਤੁਹਾਡੇ ਤੋਂ ਵੱਧ ਕੋਈ ਨਹੀਂ ਹੈ ਤੇ ਇਹ ਇਹ ਜਿਹੜਾ ਉਹਨਾਂ ਦੇ ਵਿੱਚ ਈਗੋ ਭਰੀ ਜਾਂਦੀ ਹੈ ਇਹ ਮਾਣ ਭਰਿਆ ਜਾਂਦਾ ਜਿਹੜਾ ਬੇਲੋੜਾ ਮਾਣ ਭਰਿਆ ਜਾਂਦਾ ਉਹਨਾਂ 'ਚ ਜਦੋਂ ਦੱਸਿਆ ਜਾਂਦਾ ਕਿ ਤੁਸੀਂ ਪਗ ਬਨ ਲਈ ਸਿਰਤੇ ਤੇ ਤੁਸੀਂ ਸਭ ਤੋਂ ਸੁਪੀਰੀਅਰ ਹੋਗੇ ਜੀ ਹੈਨਾ ਤੁਸੀਂ ਉੱਚੇ ਦਰਜੇ ਉੱਚ ਦਰਜੇ ਦੇ ਸਿੱਖ ਹੋਗੇ ਜੇ ਤੁਸੀਂ ਕਿਰਪਾਨ ਧਾਰਨ ਕਰ ਲਈ ਜੇ ਤੁਸੀਂ ਅੰਮ੍ਰਿਤ ਪਾਨ ਕਰ ਲਿਆ ਤੁਸੀਂ ਉੱਚ ਦਰਜੇ ਦੇ ਇਨਸਾਨ ਹੋਗੇ ਜਦੋਂ ਇਹ ਦੱਸਿਆ ਜਾਊਗਾ ਨਾ ਤੁਹਾਨੂੰ ਤਾਂ ਉਹ ਤੁਹਾਡੇ ਚ ਡਿਫਰੈਂਸ ਕ੍ਰੀਏਟ ਕੀਤੇ ਜਾਂਦੇ ਤੇ ਬਾਬੇ ਨਾਨਕ ਦੇ ਫਲਸਫੇ ਨੂੰ ਬਿਲਕੁਲ ਸਿੱਧਾ ਸਿੱਧਾ ਨਕਾਰਿਆ ਜਾਂਦਾ ਹੈ ਤੇ ਜਦੋਂ ਇਹ ਨਕਾਰ ਕੇ ਅਸੀਂ ਇਹ ਆਪਦੇ ਵਿੱਚ ਡਿਫਰੈਂਸ ਕ੍ਰੀਏਟ ਕਰਾਂਗੇ ਤਾਂ ਸੋਸਾਇਟੀ ਨੇ ਉਹੀ ਸਭ ਕੁਝ ਦੇਣਾ ਜੋ ਬਿਜੇ ਉਹੀ ਵੱਡਾਂਗੇ ਬਿਲਕੁਲ ਸਰ ਸੋ ਦੇਖ ਲੈਂਦੇ ਨੇ ਨੈਕਸਟ ਸੈਗਮੈਂਟ ਦੇ ਵਿੱਚ ਕੀ ਕੋਈ ਚੱਲ ਰਿਹਾ ਪੰਜਾਬ ਦੇ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦੀ ਮੂਸੀਆਲਾ ਦੇ ਪਿਤਾ ਨੂੰ ਧਮਕੀ ਬੋਲੇ ਬੇਟੇ ਤੋ ਵੀ ਬੁਰਾ ਕਰਾਂਗੇ ਹਸ਼ਰ ਮਰਹੂਮ ਗਾਇਕ ਸਿੱਧੂ ਮੂਸੇਆਲਾ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਹੈ ਗਾਇਕ ਦੇ ਕਾਤਲ ਹਲੇ ਵੀ ਫਰਾਜ ਚੱਲ ਰਹੇ ਹਨ ਇਸ ਵਿੱਚਕਾਰ ਮੂਸੀਆਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਲਾਰੈਂਸ ਬਿਸ਼ਨੋਈ ਗਰੁੱਪ ਦੀ ਧਮਕੀ ਭਰੀ ਮੇਲ ਮਿਲੀ ਹੈ ਦਰਅਸਲ ਇੱਕ ਵਾਰ ਫਿਰ ਸਿੱਧੂ ਦੇ ਪਿਤਾ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਧਮਕੀ ਦਿੱਤੀ ਗਈ ਹੈ ਇਸ ਵਾਰ ਗੈਂਗਸਟਰਾਂ ਨੂੰ ਧਮਕੀਆਂ ਫੇ ਮੇਲ ਰਾਹੀਂ ਦਿੱਤੀਆਂ ਗਈਆਂ ਹਨ ਜਿਸ ਵਿੱਚ ਲਿਖਿਆ ਹੈ ਕਿ ਜੇਕਰ ਬੁੱਢਾ ਨਾ ਸੁਧਰਿਆ ਤਾਂ ਤੇਰੀ ਹਾਲਤ ਤੇਰੇ ਪੁੱਤਰ ਨਾਲੋਂ ਵੀ ਮਾੜੀ ਹੋ ਜਾਵੇਗੀ ਮੇਲ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਤੁਹਾਡੇ ਕਾਰਨ ਹੀ ਮੈਨੂੰ ਅਤੇ ਜਗਰੂਪ ਰੂਪਾ ਦਾ ਇੰਕਾਊਂਟਰ ਹੋਇਆ ਹੈ ਤੁਹਾਡੀ ਵਾਰ-ਵਾਰ ਸ਼ਿਕਾਇਤ ਕਰਨ ਕਾਰਨ ਇਹ ਸਭ ਹੋਇਆ ਹੈ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦਿੱਲੀ ਵਿੰਗ ਪੰਜਾਬ ਚ ਵੀ ਸ਼ਰਾਬ ਨੀਤੀ ਦੀ ਸੀਬੀਆਈ ਜਾਂਚ ਹੋਵੇ ਕਾਂਗਰਸ ਨੇ ਰਾਜਪਾਲ ਨੂੰ ਸੌਪਿਆ ਪੱਤਰ ਪੰਜਾਬ ਕਾਂਗਰਸ ਇਸ ਮਾਮਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਰਾਜ ਸਭਾ ਮੈਂਬਰ ਰਾਗਵ ਚੱਡਾ ਸੂਬੇ ਦੇ ਆបਕਾਰੀ ਮੰਤਰੀ ਹਰਪਾਲ ਜੀਮਾ ਅਤੇ ਪੰਜਾਬ ਸਰਕਾਰ ਦੇ ਕੁਝ ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਦੀ ਵਿਸ਼ੇਸ਼ ਜਾਂਚ ਚਾਹੁੰਦੀ ਹੈ। ਪੰਜਾਬ ਕਾਂਗਰਸ ਨੇ ਦੋਸ਼ ਲਾਇਆ ਕਿ ਆបਕਾਰੀ ਨੀਤੀ ਕੁਝ 94 ਠੇਕੇਦਾਰਾਂ ਦੀ ਮਿਲੀ ਭਗਤ ਨਾਲ ਬਣਾਈ ਗਈ ਹੈ ਜੋ ਸਰਕਾਰ ਦੇ ਕਰੀਬੀ ਹਨ। ਗੌਰਵ ਯਾਦਵ ਬਣੇ ਰਹਿਣਗੇ ਡੀਜੀਪੀ ਵੀਕੇ ਭਵਰਾ ਨੂੰ ਛੁੱਟੀ ਖਤਮ ਹੋਣ ਤੋਂ ਬਾਅਦ ਦਿੱਤੀ ਜਾਵੇਗੀ ਹੋਰ ਜ਼ਿੰਮੇਵਾਰੀ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ 2 ਮਹੀਨਿਆਂ ਦੀ ਛੁੱਟੀ ਤੇ ਗਏ ਹਨ ਜੋ ਕਿ 4 ਸਤੰਬਰ ਨੂੰ ਵਾਪਸੀ ਕਰ ਰਹੇ ਹਨ ਕਿਉਂਕਿ ਉਹਨਾਂ ਦੀ ਛੁੱਟੀ ਖਤਮ ਹੋ ਗਈ ਹੈ ਤੇ ਉਸ ਨੂੰ ਹੋਰ ਵਾਧੇ ਲਈ ਅਰਜੀ ਨਹੀਂ ਦਿੱਤੀ ਹੈ ਜਿੱਤੇ ਚਲਦੇ ਭਾਵਰਾ ਦੇ ਡਿਊਟੀ ਤੇ ਪਰਤਦੇ ਹੀ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੂੰ ਹਟਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਵੇਗੀ ਕਾਬਿਲ ਗੌਰ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀਕੇ ਭਾਵਰਾ ਦੇ ਛੁੱਟੀ ਤੇ ਚਲੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੂੰ ਸੂਬੇ ਦਾ ਨਵਾਂ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਸੀ ਉਤੇ ਹੀ ਜੇਕਰ ਭਾਵਰਾ ਸਿੱਧੇ ਹੈੱਡਕੁਆਰਟਰ 'ਚ ਡਿਊਟੀ ਤੇ ਪਰਤਦੇ ਹਨ ਤਾਂ ਉਹਨਾਂ ਨੂੰ ਡੀਜੀਪੀ ਦੀ ਕੁਰਸੀ ਸੰਭਾਲਣੀ ਪਵੇਗੀ ਇਸ ਤੋਂ ਪਹਿਲਾਂ ਜੇਕਰ ਸਰਕਾਰ ਉਹਨਾਂ ਨੂੰ ਨੋਟੇ ਜਾਰੀ ਕਰਦੀ ਹੈ ਤਾਂ ਭਾਵਰਾ ਨੂੰ ਕੁਝ ਦਿਨ ਹੋਰ ਛੁੱਟੀ ਤੇ ਰਹਿਣਾ ਪੈ ਸਕਦਾ ਹੈ ਪੰਜਾਬ 'ਚ ਰੇਤਾ ਬਜਰੀ ਦੀਆਂ ਨਵੀਆਂ ਖੱਡਾਂ ਦੀ ਪਛਾਣ ਕੀਤੀ ਜਾਵੇਗੀ ਹਰਜੋਤ ਸਿੰਘ ਵੈન્સ ਦਾ ਬਿਆਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਰਾਜ ਦੇ ਲੋਕਾਂ ਨੂੰ ਸਸਤਾ ਰੇਤ ਬਜਰੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਨਿਜੀ ਜ਼ਮੀਨਾਂ ਦੀ ਖੱਡਾਂ ਵਿੱਚੋਂ ਪਛਾਣ ਕਰਨ ਅਤੇ ਉਹਨਾਂ ਨੂੰ ਪਰਵਾਨਗੀ ਦੇਣ ਦਾ ਫੈਸਲਾ ਲਿਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਦੇ ਖਨਨ ਤੇ ਭੂ ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਰਾਜ ਵਿੱਚ ਰੇਤਾ ਬਜਰੀ ਦੀਆਂ ਨਵੀਆਂ ਖੱਡਾਂ ਨੂੰ ਪ੍ਰਵਾਨਗੀ ਦੇਣ ਲਈ ਜ਼ਮੀਨ ਮਾਲਕ ਖੱਡਾਂ ਦੀ ਸਵੈ ਪਛਾਣ ਕਰਕੇ ਜ਼ਮੀਨ ਦੀ ਮਾਲਕੀ ਇਸ ਕਾਰਜ ਨਾਲ ਸੰਬੰਧਿਤ ਹੋਰ ਦਸਤਾਵੇਜ਼ ਸੰਬੰਧਿਤ ਇਲਾਕੇ ਦੇ ਕਾਰਜਕਾਰੀ ਇੰਜੀਨੀਅਰ ਕਮ ਜ਼ਿਲ੍ਹਾ ਮਾਈਨਿੰਗ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਸਵੇਰ ਸੰਸਰ ਅੱਜ ਦੀ ਅਮੁਖ ਖਬਰਾਂ ਅੱਜ ਦੀ ਸਰਕਾਰੀ ਖਬਰ ਦੇ ਵਿੱਚ ਕੁਝ ਹੈ? ਜੀ। ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਸੂਬਾ ਵਾਸੀਆਂ ਨੂੰ ਵੱਡਾ ਤੋਹਫਾ 283 ਨਾਗਰਿਕ ਸੇਵਾਵਾਂ ਦੇ ਡਿਜੀਟਲ ਦਸਤਖਤ ਸਰਟੀਫਿਕੇਟ ਮਿਲਣਗੇ ਮੀਥਿਆ ਸੇਵਾ ਕੇਂਦਰ ਦੇ ਪੈਂਡਿੰਗ ਕੇਸ ਤੁਰੰਤ ਖਤਮ ਕਰਨ ਅਤੇ ਡਿਪਟੀ ਕਮਿਸ਼ਨਰਾਂ ਨੂੰ ਨਿਰੰਤਰ ਨਿਗਰਾਨੀ ਦੇ ਵੀ ਦਿੱਤੇ ਨਿਰਦੇਸ਼ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬਾ ਵਾਸੀਆਂ ਨੂੰ ਘਰ ਬੈਠਿਆਂ ਬਿਨਾਂ ਕਿਸੇ ਖੱਜਲ ਖੁਆਰੀ ਦੇ ਸੁਖਾਲੀਆਂ ਤੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤੇ ਚੱਲਦਿਆਂ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਵੱਡਾ ਫੈਸਲਾ ਲੈਂਦੇ ਹਾਂ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆਂ ਜਾਂਦੀਆਂ 283 ਸੇਵਾਵਾਂ ਦੇ ਸਰਟੀਫਿਕੇਟ ਡਿਜੀਟਲ ਦਸਤਾਵੇਜ਼ਾਂ ਨਾਲ ਬਿਨੈਕਾਰ ਨੂੰ ਘਰ ਬੈਠਿਆਂ ਹੀ WhatsApp ਜਾਂ Email ਰਾਹੀਂ ਸਰਟੀਫਿਕੇਟ ਮਿਲ ਜਾਵੇਗਾ ਇਹ ਜਾਣਕਾਰੀ ਪ੍ਰਸ਼ਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਥੇਰ ਨੇ ਅੱਜ ਇੱਥੇ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਲਈ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ 283 ਸੇਵਾਵਾਂ ਦੀ ਡਿਲੀਵਰੀ ਡਿਜੀਟਲ ਕਰਦੇ ਆ ਇਸ ਸੰਬੰਧੀ ਵਿਭਾਗ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹਨਾਂ ਸੇਵਾਵਾਂ ਵਿੱਚ ਜਾਤੀ ਸਰਟੀਫਿਕੇਟ, ਜਨਮ ਤੇ ਮੌਤ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਬੁੱਢਾਪਾ ਪੈਨਸ਼ਨ, ਵਿਆਹ ਸਰਟੀਫਿਕੇਟ, ਅਸਲਾ ਰੀਨਿਊ ਕਰਨਾ, ਜਨਰਲ ਜਾਤੀ ਸਰਟੀਫਿਕੇਟ, ਭਾਰ ਮੁਕਤ ਸਰਟੀਫਿਕੇਟ, ਪਿਛੜਾ ਖੇਤਰ ਸਰਟੀਫਿਕੇਟ ਆਦਿ ਪ੍ਰਮੁੱਖ ਹਨ ਜਿਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਲੋਕਾਂ ਨੂੰ ਸਭ ਤੋਂ ਵੱਧ ਲੋੜ ਪੈਂਦੀ ਹੈ। ਚੰਗੀ ਪਹਿਲ ਹੈ ਜੀ। ਕਿਉਂਕਿ ਜਿਹੜੇ ਵੀ ਸਰਟੀਫਿਕੇਟਸ ਦੇ ਨਾਮ ਅਜੇ ਆਪਾਂ ਥੋੜੇ ਪੜੇ ਆ 283 ਸਰਟੀਫਿਕੇਟਸ ਐ ਹੋ ਜੇ ਹੈਗੀਆਂ ਸਰਵਿਸਿਸ ਐ ਹੋਣੀਆਂ ਜਿਹੜੀਆਂ ਚ ਲੋਕਾਂ ਨੂੰ ਜਾਣਾ ਨਹੀਂ ਪੈਣਾ ਲੋਕਾਂ ਨੂੰ ਉੱਥੇ ਜਾ ਕੇ ਤੇ ਆਪਦੇ ਸਰਟੀਫਿਕੇਟ ਦੇ ਲਈ ਵਾਰ-ਵਾਰ ਪੁੱਛਣਾ ਨਹੀਂ ਪੈਣਾ ਉਹਨਾਂ ਦੇ ਵਟਸਐਪ ਤੇ ਜਾਓ ਪਰ ਇੱਕ ਚੀਜ਼ ਅਜੇ ਹੋਰ ਡਾਊਟ ਇਹਦੇ ਵਿੱਚ ਹੈ ਕਿ ਉਹਦੇ ਲਈ ਕੋਈ ਟਾਈਮ ਨਿਰਧਾਰਤ ਹੋਊਗਾ ਜਦੋਂ ਕਿਸੇ ਨੇ ਵੀ ਡਾਕੂਮੈਂਟ ਡਾਕੂਮੈਂਟੇਸ਼ਨ ਪੂਰੀ ਕਰਤੀ ਅਪਲਾਈ ਕਰਤਾ ਐਪਲੀਕੇਸ਼ਨ ਦੇਤੀ ਐ ਤੇ ਅਪਲੀਕੇਸ਼ਨ ਦੇਣ ਦੇ ਕਿੰਨੇ ਦਿਨ ਬਾਅਦ ਉਹ ਸਰਟੀਫਿਕੇਟ ਆਊਗਾ ਕਿਉਂਕਿ ਡਾਊਟ ਇਹਦੇ ਵਿੱਚ ਉਹੀ ਹੈ ਕਰਪਸ਼ਨ ਦਾ ਜਿਹੜਾ ਵੱਡਾ ਅਮਲਾ ਚੱਲਦਾ ਸੀਗਾ ਜਿਹੜਾ ਹੁਣ ਤੱਕ ਕਰਪਸ਼ਨ ਜਿਹੜੀ ਹੁੰਦੀ ਰਹੀ ਹੈ ਉਹ ਇਸੇ ਕਰਕੇ ਹੁੰਦੀ ਰਹੀ ਹੈ ਕਿ ਤੁਸੀਂ ਡਾਕੂਮੈਂਟੇਸ਼ਨ ਦੇ ਵਿੱਚ ਕੋਈ ਨਾ ਕੋਈ ਗਲਤੀ ਕੱਢੋਗੇ ਜਾਂ ਡਾਕੂਮੈਂਟੇਸ਼ਨ ਪੂਰੀ ਤਰ੍ਹਾਂ ਨਹੀਂ ਦੱਸੋਗੇ ਤੇ ਲੋਕਾਂ ਦੇ ਵਾਰੀ-ਵਾਰੀ ਚੱਕਰ ਲੱਗਣਗੇ ਵਾਰੀ-ਵਾਰੀ ਚੱਕਰ ਨਾ ਲੱਗਣ ਤੇ ਇਹਦੇ ਲਈ ਉਹ ਤੁਹਾਨੂੰ ਰਿਸ਼ਵਤ ਆਫਰ ਕਰਨਗੇ ਜਾਂ ਤੁਸੀਂ ਉਹਨਾਂ ਨੂੰ ਦੱਸੋਗੇ ਤੁਹਾਡਾ ਕੋਈ ਕਰੰਦਾ ਜਾਊਗਾ ਤੇ ਉਹਨਾਂ ਨੂੰ ਕਹੂਗਾ ਕਿ ਅਸੀਂ ਤੁਹਾਡਾ ਕੰਮ ਸੌਖੇ ਤਰੀਕੇ ਨਾਲ ਕਰਵਾ ਦੇਾਂਗੇ ਬਸ ਇੰਨੇ ਪੈਸੇ ਲੱਗਣਗੇ ਜਦੋਂ ਇਹ ਗੱਲਾਂ ਹੁੰਦੀਆਂ ਸੀ ਉਹਦੇ ਕਰਕੇ ਲੋਕ ਖੱਜਲ ਖਵਾਰ ਹੁੰਦੇ ਸੀ ਤੇ ਹੁਣ ਵੀ ਡਾਊਟ ਉਹੀ ਬਣਿਆ ਹੋਇਆ ਕਿ ਇਹ ਚਲੋ ਆਨਲਾਈਨ ਹੋ ਗਿਆ WhatsApp ਤੇ ਆਉਣਾ ਪਰ WhatsApp ਤੇ ਆਊ ਕਿੰਨੇ ਦਿਨਾਂ ਦੇ ਵਿੱਚ ਇਹ ਜਿਹੜਾ ਵੱਡਾ ਡਾਊਟ ਹੈ ਕਿ ਅਸੀਂ WhatsApp ਨੰਬਰ ਵੀ ਦੇਤਾ ਐਪਲੀਕੇਸ਼ਨ ਵੀ ਦੇਦੀ ਡਾਕੂਮੈਂਟੇਸ਼ਨ ਵੀ ਕਰਤੀ ਪਰ ਉਹ ਜਦੋਂ ਤੱਕ ਸਾਨੂੰ ਸਰਟੀਫਿਕੇਟ ਚਾਹੀਦਾ ਹੈ ਉਦੋਂ ਤੱਕ ਆਇਆ ਹੀ ਨਾ ਫਾਲੋਅ ਅਪ ਕਿੰਨੀ ਦੇਰ ਫਾਲੋਅ ਅਪ ਕਿੰਨੀ ਦੇਰ ਚੋਊਗਾ ਮੈਨੂੰ ਲੱਗਦਾ ਇੱਕ ਸਮਾਂ ਨਿਰਧਾਰਿਤ ਕਰ ਦੇਣਾ ਚਾਹੀਦਾ ਕਿ ਕਿੰਨੇ ਦਿਨਾਂ ਦੇ ਵਿੱਚ ਇੱਕ ਹਫਤੇ 'ਚ ਜਾਂ 15 ਦਿਨ ਦੇ ਵਿੱਚ ਐਪਲੀਕੇਸ਼ਨ ਦੇ ਬਾਅਦ ਡਾਕੂਮੈਂਟੇਸ਼ਨ ਦੇ ਬਾਅਦ ਇਹ ਤੁਹਾਡੇ ਕੋਲ ਪਹੁੰਚਣੀ ਚਾਹੀਦੀ ਹੈ ਆਨਲਾਈਨ ਤੁਹਾਡੇ ਕੋਲ ਤੁਹਾਡੇ ਮੋਬਾਈਲ ਫੋਨ ਤੇ ਤੁਹਾਡੇ ਲੈਪਟਾਪ ਤੇ ਪਹੁੰਚ ਜਾਣਗੇ ਸੋ ਅੱਜ ਦੇ ਐਪੀਸੋਡ ਦਾ ਕੰਕਲੂਜਨ ਸਰ ਜੀ ਖਬਰਾਂ ਵਿੱਚੋਂ ਖਬਰ ਸੁਣੀ ਖਬਰ ਦੇ ਵਿੱਚ ਪਖੰਡ ਖਬਰਾਂ ਵਿੱਚੋਂ ਖਬਰ ਸੁਣੀ ਖਬਰ ਦੇ ਵਿੱਚ ਪਖੰਡ ਥਾਂ ਥਾਂ ਬਾਬੇ ਬਣ ਕੇ ਬਹਿ ਗਏ ਝੂਠਾਂ ਦੀ ਜੋ ਪੰਡ ਭੋਲੇ ਭਾਲੇ ਲੋਕਾਂ ਨੂੰ ਵਿਸ਼ਵਾਸ ਦਿਵਾ ਕੇ ਲੁੱਟਣ ਭੋਲੇ ਭਾਲੇ ਲੋਕਾਂ ਨੂੰ ਵਿਸ਼ਵਾਸ ਦੁਆਕੇ ਲੁੱਟਣ ਪਤਾ ਹੋਣ ਦੇ ਬਾਅਦ ਵੀ ਲੋਕੀ ਆਪਣੇ ਲਈ ਟੋਏ ਪੁੱਟਣ ਲੋਕੀ ਆਪਣੇ ਲਈ ਟੋਏ ਪੁੱਟਣ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਸੋ ਜੀ ਖਬਰਾਂ ਵਿੱਚੋਂ ਖਬਰ ਦੇ ਹੋਰ ਐਪੀਸੋਡਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਐਂਡ ਡੂ ਨਾਟ ਫੋਰਗੇਟ ਟੂ ਸਬਸਕ੍ਰਾਈਬ ਟੂ ਆਰ ਚੈਨਲ ਐਂਡ ਡਾਊਨਲੋਡ ਆਰ ਐਪ ਧੰਨਵਾਦ